हेलो गाइस, सारे नूं सत श्री अकाल। तो अज दी जो वीडियो आ ये काफ़ी फनी आ, जो कि तेजाबी टोटे आ जिहड़ा पंजाबी च डबिंग की हुंदी आ, ते क्लिप आ जिहड़े उन्हां नूं पंजाबी डबिंग कीता, बहुत फनी ये नाल ही तुहाडे असीं वेखदे आ ते एंजॉय करदे आ इस वीडियो नूं। सो सब तो पहले जिहड़े चैनल ते जिहड़े नवे आए आ ते सो चैनल नूं सबसक्राइब जरूर कर लिओ जिन्हां ने सबसक्राइब नहीं कीता। ते सो करदे आ वीडियो नूं शुरू। लो जी, बाप बच्चे वास्ते नवी गड्डी लेके आया ते हुण उहनूं कह रिहा भी जिद्दां मैं चलाउण लगा इंज चलाया करी। अच्छा, ओए ओए फड़ी ओए रोकी रोकी। लो नाज़रीन, कुत्ते ने बच्चे नूं बड़ी खप पाई भी इहनूं नहीं चलाउणी आउंदी, उतर जा पर बच्चा नहीं। नाज़रीन, हुण पता नहीं लग रिहा भी बच्चा प्यो दे थले आया है जां प्यो बच्चे दे थले आया। लो जी, ए भाई पहले नंबर ते जा रहे हैं। लो जी, अगे तो पहले नंबर ते जा रहे सी ते हुण वेखो उड़दा जा रहे। लोकी दौड़ के अगे हुए कि जे मर गया ते पैसे पूसे कढ़ लिए। चल भाई, शावा भी शावा रफीक। दूर फिटे मूह तेरी एडी जवानी दा। नाज़रीन, लोग आउंदी हुई कार च वज्जदे आ, खलोती कार च वज्ज गए आ। लाओ जी, मुंडा गोल करन चला जे। ए आ मेरी खैर, तू आ नाल ले आए, सारा मामला ही गोल करता ही। नाज़रीन, एहो जे खिलाड़ी ते शापर जे गेंद नहीं पा सकदे, गोल जे को कित्थों पैणी सी। नामा हीर दा हुण चीका मारिया भी गेंद रहण दिओ ते मैनू कढ लो। लाओ नाज़रीन, इहनू कहिंदे ने मौज़ल शहरी। रुपया तो तेन लाभ नी हूं, कोई कुत्ती रेहड़ी आला लाभ जिहड़ा तेनू तो तेरी मोटरसाइकिल नू चुक के लै जाए। ਨਾਜ਼ਰੀਨ, ਨਿੱਕੀ ਭੈਣ ਕੰਧ ਤੇ ਬੈਠੀ ਨਾਲ ਦੇ ਨਾਲ ਝਾਤੀਆਂ ਮਾਰ ਰਹੀ ਹੈ ਤੇ ਉੱਤੋਂ ਵੱਡਾ ਭਰਾ ਆ ਗਿਆ। ਔਰ ਤੇਰੀ ਖੈਰ ਹੋਈ, ਨਾਲੇ ਦੇ ਤੇ ਪਿੱਛੇ ਜਿਆ ਸੀ ਅੰਮੀ ਨੇ ਇਹਨੂੰ ਵਾਲਾਂ ਤੋਂ ਫੜ ਕੇ ਮੇਰੇ ਕੋਲ ਲਿਆ। ਪਰ ਭਰਾ ਨੇ ਵਾਲਾਂ ਤੋਂ ਫੜ ਕੇ ਉੱਥੇ ਹੀ ਪਟਾਕਾ ਪਾ ਦਿੱਤਾ। ਇਸ ਬੱਚੇ ਨੇ ਜੋ ਕੁਛ ਆਪਣੇ ਪਿਓ ਕੋਲੋਂ ਸਿੱਖਿਆ ਉਹ ਹੁਣ ਸ਼ਿਕਾਰੀ ਕੁੱਤੇ ਨੂੰ ਸਿਖਾਉਣ ਲੱਗਾ ਹੈ। अपने आबे नूं भी नाल लैके आई। लो जी, आ तिन्हां ने क्लब डांस सिखिया है ते हुण घर ही अपनी प्रैक्टिस दिखाउण लगे। वाह भाई वाह, क्या बात है। ओ डंडा ही गया। ਨਾਜ਼ਰੀਨ, ਦਿਲ ਤੇ ਕਰਦਾ ਜਿਹੜੇ ਪੈਪ ਨਾਲ ਤਿੰਨੇ ਝੂਠਾ ਲੈ ਲੱਗੇ ਸੀ ਇਹੋ ਪੈਪ ਫੜ ਕੇ ਇਹਨਾਂ ਦੇ ਪਾਸੇ ਪਾ ਦੇ। ਤੈਨੂੰ ਤੇ ਪੱਠਿਆਂ ਨੇ ਟੇਬਲ ਵੀ ਉਹ ਪੱਲਿਆ ਜਿਹੜੀਆਂ ਇਹ 6 ਕਿਸ਼ਤਾਂ ਦੇਣ ਵਾਲੀਆਂ ਰਹਿ ਗਈਆਂ। ਹੁਣ ਇਹ ਪੈਪ ਸਿਰਫ ਕੱਪੜੇ ਪਾਉਣ ਦੇ ਕੰਮ ਆਏਗਾ। ਲਓ ਜੀ, ਇਹ ਸੁੱਕਾ ਨਿੰਜਾ ਜਿੱਡੋ ਮਾਰ ਕੇ ਲੱਕੜ ਦਾ ਬਲਾਕ ਤੋੜ ਕੇ ਵਿਖਾਏਗਾ। ਦਾਦਾ ਤੋੜ ਦੇ। ਨਿੰਜਾ ਨੇ ਸੋਚਿਆ ਜੇ ਲੱਕੜ ਦਾ ਬਲਾਕ ਹੀ ਇਹਦੇ ਦੰਦਾਂ ਦਾ ਬਲਾਕ ਵੀ ਤੋੜ ਦੇ। ਇਹਨੂੰ ਨਾਜ਼ਰੀਨ ਕਿਸੇ ਨੇ ਕਹਿਤਾ ਸੀ ਵੀ ਸਿਰ 'ਚ ਸੱਟ ਲੱਗੇ ਤੇ ਯਾਦਾਸ਼ਤ ਤੇਜ਼ ਹੋ ਜਾਂਦੀ। ਔਰ ਜਵਾਨ ਨੇ ਅੱਛੀ ਟਰਾਈ ਕੀਤੀ। ਮੱਥੇ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਪੁੱਛਦਾ ਫਿਰੇਗਾ ਵੀ ਮੇਰਾ ਨਾਮ ਕੀ ਹੈ। ਲਓ ਜੀ, ਹੁਣ ਵੇਖੋ ਗਹਿਰੀ ਦੋਸਤੀ ਦਾ ਇੱਕ ਮੰਦਰ ਕੁਛ ਕੀਤਾ ਹੀ ਨਬੀਲਾ ਕੈਂਚੀ। ਮੈਚ ਦਾ ਤਾਂ ਨਾਜ਼ਰੀਨ ਇੱਕ ਬਹਾਨਾ ਸੀ, ਨਬੀਲਾ ਕੈਂਚੀ ਅਕਸਰ ਇਹਦੇ ਵਾਲਾਂ ਤੋਂ ਸੜਦੀ ਸੀ ਤੇ ਅੱਜ ਉਹਨੇ ਸਾਰਾ ਤੇ ਉਹ ਮੈਚੋਂ ਬਾਹਰ ਵੀ ਕੱਢ ਦਿੱਤਾ। ਉਹ ਪਈ ਜੇ ਵਿਚਾਰੀ ਜਿਵੇਂ ਕਿਸੇ ਨੇ ਗਰਾਊਂਡ 'ਚ ਲਾਸ਼ ਸਿੱਟੀ ਹੁੰਦੀ। ਲਓ ਨਾਜ਼ਰੀਨ, ਮੋਟਰਸਾਈਕਲ ਦੇ ਉੱਤੇ ਜ਼ਕੂਟਾ ਜਿੰਨ ਬੈਠਾ ਵੇਖੋ। ਔਰ ਨਵੀਂ ਵਰਾਇਟੀ ਚੈੱਕ ਕਰੋ ਕਿ ਬ੍ਰੇਕ ਵੀ ਨਹੀਂ ਛੱਡ ਰਿਹਾ ਔਰ ਰੇਸ ਵੀ ਦੇਈ ਜਾ ਰਹੇ। ਔਰ ਮੋਟਰਸਾਈਕਲ ਦੀਆਂ ਵੇਖੋ ਕਿਵੇਂ ਚੀਖਾਂ ਨਿਕਲਦੀਆਂ ਨੇ। ਇਹ
ਅਰੇ ਬ੍ਰੇਕ ਕੱਸੀ ਆ ਤਾਂ ਦੇਖ ਦੇ ਦੇ ਹਾਂ ਮੋਟਰਸਾਈਕਲ ਖਰੇ ਕਿੰਨੇ ਦੇ ਦਿੱਤੀ ਇਹ ਕੋਲ ਮੋਟਰਸਾਈਕਲ ਦੇ ਮਾਲਕ ਕੋ ਜਾ ਕੇ ਕਸਮਾ ਖਾਏਗਾ ਵੀ ਮੋਟਰਸਾਈਕਲ 'ਚ ਰੇੜੀ ਵੱਜ ਗਈ ਲਓ ਨਾਜ਼ਰੀਨ ਕੱਲਾ ਜਵਾਨ ਤੇ ਜੰਪਾਂ ਦਾ ਸਮਾਨ ਫਰੇਬ ਜਜ਼ਬਾ ਲੈ ਕੇ ਆਇਆ ਤੇ ਉਹ ਜਜ਼ਬੇ ਤੇ ਮਿੱਟੀ ਪਾਤੀ ਨਾਜ਼ਰੀਨ ਨੂੰ ਬਾਅਦ 'ਚ ਅਗਰ ਕਹੀਏ ਨਾ ਵੀ ਤੇਰਾ ਜੰਪ ਖਰਾਬ ਸੀ ਤੇ ਇਹਨੇ ਕੋਈ ਯਕੀਨ ਨਹੀਂ ਕਰਨਾ ਗਾਰਮੈਂਟ ਨੇ ਕਿੱਡੀਆਂ ਸੋਹਣੀਆਂ ਪੌੜੀਆਂ ਬਣਾਈਆਂ ਨੇ ਪਰ ਕੁਛ ਲੋਕ ਫਿਰ ਪੰਗੇ ਲੈਣ ਨੂੰ ਨਹੀਂ ਹਟਦੇ ਨਾਜ਼ਰੀਨ ਮੇਰੀ ਮਾਲੂਮਾਤ ਦੇ ਮੁਤਾਬਕ ਅਜੇ ਦੇ ਲੱਕ ਦੀ ਹੱਡੀ ਨਾਲ ਟੁੱਟੀ ਹੋਈ ਇਹਦੀ ਸ਼ੋਖੀ ਜ਼ਰੂਰ ਟੁੱਟ ਗਈ ਹੋਏਗੀ ਲਓ ਨਾਜ਼ਰੀਨ ਆਂਟੀ ਚਾਂਦਨੀ ਸ਼ੁਤਰ ਮੁਰਗਾ ਨੂੰ ਲੰਚ ਕਰਾਉਣ ਆਈ ਇੱਕ ਸ਼ੁਤਰ ਮੁਰਗ ਨੇ ਆਖਿਆ ਵੀ ਨਾਮ ਤੂੰ ਚਾਂਦਨੀ ਰੱਖਿਆ ਤੇ ਵਾਲ ਤੂੰ ਮਕਰਾਨੀ ਸਾਰੇ ਨਾਮ ਨਹਾਉਣ ਦੇ ਬਹਾਨੇ ਸੀ ਲਓ ਜੀ ਸ਼ਹਿਰ ਦਾ ਮਸ਼ਹੂਰ ਤਫੈਲ ਮਿਸਤਰੀ ਲੱਕੜ ਦਾ ਕਮਰਾ ਬਣਾਉਣ ਚ ਮਸਰੂਫ ਵਾਹ 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 ਲਾਗੇ ਖਲੋ ਤੇ ਕਬਾਲੇ ਨੇ ਕਿਹਾ ਤਫੈਲ ਮੈਨੂੰ ਤੇ ਕਿੱਲ ਲਾ ਲਾ ਤੂੰ ਕਿਹੜੇ ਕੰਮ ਲੱਗ ਗਏ ਤਫੈਲ ਕੋ ਬਾਲਾ ਡਿੱਗ ਗਿਆ ਛੱਤੇ ਛੱਡ ਜਾਣੇ ਇੱਥੋਂ ਸਾਬਤ ਹੋਇਆ ਨਾਜ਼ਰੀਨ ਕਿ ਕਈ ਮਿਸਤਰੀ ਸਿਰ 'ਚ ਬਾਲੇ ਵੱਜਣ ਤੇ ਠੀਕ ਰਹਿੰਦੇ ਚੱਲ ਬਈ ਜੇਦੇ ਭੰਬੀਰੀ ਸ਼ੁਰੂ ਕਰਦੇ ਪੁੱਛੇ ਵੀ ਸਾਹਮਣੇ ਦਰਵਾਜ਼ਾ ਦੋ ਪੈਰ ਤੂੰ ਤੁਰ ਕੇ ਚੱਲ ਐਵੇਂ ਡੌਲਫਿਨ ਵਾਲਾ ਸਟਾਈਲ ਮਾਰੀ ਜਾਂਦੇ ਆ ਤੁਸੀਂ ਵੇਖਿਆ ਪਹਿਲੇ ਬਾਬਾ ਪੌੜੀ ਤੇ ਚੜ੍ਹਦੇ ਚੜ੍ਹ ਗਈ ਮੇਰਾ ਖਿਆਲ ਮਾਲਕ ਨੂੰ ਚਾਹੀਦਾ ਵੀ ਐਂਟੀ ਡੱਬਾ ਬਾਬੇ ਸਮੇਤ ਹੀ ਪੈਕ ਕਰ ਦੇਵੇ ਇਹ ਮਾਈ ਤਮਾਸ਼ਾਈਆਂ ਕੋ ਦਾਦ ਲੈ ਰਹੀ ਆ ਕਿ ਦੇਖੋ ਮੇਰੀ ਨੌਂ ਤੇ ਨਹੀਂ ਮੇਰਾ ਕੁੱਤਾ ਮੇਰੇ ਇਸ਼ਾਰਿਆਂ ਤੇ ਕਿਵੇਂ ਦੌੜਦਾ ਮੇਰਾ ਖਿਆਲ ਆ ਮਾਈ ਨੂੰ ਚੱਕਰ ਆ ਗਿਆ ਤੇ ਕੁੱਤਾ ਮਾਈ ਇਹ ਭੁੱਲ ਗਈ ਸੀ ਨਾ ਕਿ ਚਾਰ ਕੁ ਦਿਨ ਮੇਰਾ ਕੁੱਤਾ ਨੌਂ ਦੇ ਨਾਲ ਵੀ ਖੇਲੇ ਆ ਬਹੁਤ ਫੜੀ ਯਾਰ ਮੇਰੇ ਅੱਖਾਂ 'ਚ ਪਾਣੀ ਆ ਗਿਆ ਸੱਸ ਕੇ ਸੋ ਗਾਇਜ਼ ਬਹੁਤ ਹੀ ਜਿਹੜੇ ਆ ਤੇਜ਼ਾਬੀ ਟੋਟੇ ਵਾਲੇ ਆ ਬੜੀ ਬਹੁਤ ਹੀ ਫਨੀ ਜਿਹੜੇ ਬਣਾਉਂਦੇ ਹੈਗੇ ਆ ਕਲਿੱਪ ਅਤੇ ਇੰਨੀ ਵਧੀਆ ਇਹਨਾਂ ਦੀ ਡੱਬਿੰਗ ਹੁੰਦੀ ਹੈ ਨਾ ਪੰਜਾਬੀ ਲਾਜਵਾਬ ਬਹੁਤ ਮਜ਼ਾ ਆ ਜਾਂਦਾ ਸੁਣ ਕੇ ਇਹਨਾਂ ਦੀਆਂ ਵੇਖ ਕੇ ਵੀਡੀਓ ਸੋ ਇਹ ਵਾਲੇ ਚੈਨਲ ਵੀਡੀਓ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ 'ਚ ਵੀ ਦੇ ਦੇਵਾਂਗੇ ਪੰਜਾਬੀ ਟੋਟੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਜੇ ਤੁਸੀਂ ਵੇਖਦੇ ਹੋ ਅਤੇ ਕਿਸ ਤਰ੍ਹਾਂ ਦਾ ਇਹ ਤੁਹਾਨੂੰ ਲੱਗਦੇ ਹੋ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਹੋਈ ਰਿਐਕਸ਼ਨ ਵਧੀਆ ਲੱਗਿਆ ਹੋਏ ਤਾਂ ਲਾਈਕ ਜ਼ਰੂਰ ਕਰਿਓ ਜੋ ਲਾਈਕ ਕਰਨ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਆ ਮਿਲਦੇ ਹਾਂ ਅਗਲੀ ਨੈਕਸਟ ਵੀਡੀਓ ਦੇ ਵਿੱਚ ਸੋ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।